ਬਾਜੀ ਨੇ ਇਤਨੀ ਮਿਰਚੇ ਟਮਾਟਰ ਸਾਰਾ ਇਵੇਂ ਬਣਾ ਦਿੱਤੇ ਨੇ ਜਿਵੇਂ ਗੁਤਾਵਾ ਹੋਵੇ, ਅਸਾਂ ਤਾਂ ਇਵੇਂ ਮਾਲ ਕੋ ਸਟੇ ਨੇ ਆਉਂਦੇ ਆ। ਇਹਨੂੰ ਭੁੱਖ ਲੱਗੀ ਆਪ ਖਾਵੇ। ਹਾਂਜੀ ਯੂਟਿਊਬ ਕੀ ਦੁਨੀਆ ਕੇ ਦੋਸਤੋ, ਅਸਲਾਮ ਅਲੈਕੁਮ। ਤੋ ਜੈਸਾ ਕਿ ਮੈਨੇ ਆਪ ਸਭਕੋ ਬਤਾਇਆ ਥਾ ਕਿ ਹਮਾਰੇ ਆ ਰਹੇ ਹੈ ਕੁਛ ਗੈਸਟ ਮਹਿਮਾਨ, ਔਰ ਵੋ ਵੀ ਯੂਟਿਊਬਰ, ਉਨਕੇ ਵੀ ਚੈਨਲਸ ਹੈ, ਵੋ ਵੀ ਆਪ ਲੋਗੋਂ ਕੇ ਸਾਥ ਸ਼ੇਅਰ ਕਰਤੇ ਹੈ, ਔਰ ਹਮਨੇ ਬਨਾਨੀ ਹੈ ਕੁਛ ਵੀਡੀਓਸ ਜੋ ਲਹਿੰਦਾ ਪੰਜਾਬ ਹਮਾਰਾ ਯੂਟਿਊਬ ਚੈਨਲ ਹੈ ਉਸਕੇ ਲਈ। ਤੋ ਸਬਸੇ ਪਹਿਲੇ ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ, ਕਿੱਦਾਂ ਬਾਈ ਜੀ, ਠੀਕ ਹੋ, ਤਬੀਅਤ ਸਭ ਠੀਕ ਹੈ? ਅਲਹਮਦੁਲਿਲਾ। ਇਹਨੂੰ ਤੁਸੀਂ ਦੇਖਿਆ ਹੋਣਾ, ਕਿਹੜਾ ਚੈਨਲ ਹੈ ਤੁਹਾਡਾ? ਦੇਸੀ ਰੰਗ ਮਹਿਵਿਸ਼ ਕੇ ਸੰਗ। ਦੇਸੀ ਰੰਗ ਮਹਿਵਿਸ਼ ਕੇ ਸੰਗ, ਮਾਸ਼ਾਅੱਲਾ, ਬਹੁਤ ਇਨਕੀ ਨਾ ਸ਼ਾਰਟ ਵੀਡੀਓਜ਼ ਵਾਇਰਲ ਹੋਈ ਥੀ, ਤੋ ਆਪ ਲੋਗੋਂ ਨੇ ਸ਼ਾਇਦ ਦੇਖਾ ਹੋ। ਅਬ ਚਲਾ ਰਹੇ ਹੈ ਚੈਨਲ ਯਾ ਛੋੜ ਦਿਆ? ਨਹੀਂ, ਅਭੀ ਵੀ ਚਲਾ ਰਹੇ ਹੈ। ਤੋ ਸਬਸੇ ਪਹਿਲੇ ਆਪ ਮੁਝੇ ਯੇ ਬਤਾਏ ਕਿ ਆਪਕਾ ਸਫਰ ਕੈਸਾ ਰਹਾ, ਇਤਨਾ ਸਫਰ ਕਰਕੇ ਆਏ ਹੈ, ਓ ਕਿੰਨਾ ਦੂਰੋਂ? ਚਿਸ਼ਤੀਆਂ। ਹਾਂ ਚਿਸ਼ਤੀਆਂ ਤੋਂ ਇੰਨਾ ਸਫਰ ਕਰਕੇ ਆਏ, ਕਿੱਦਾਂ ਰਿਹਾ, ਕਿੰਨਾ ਟਾਈਮ ਲੱਗਾ? ਟਾਈਮ 2-3 ਘੰਟੇ ਲੱਗ ਗਏ, ਲੇਕਿਨ ਮੋਟਰਸਾਈਕਲ ਤੇ ਆਇਆ ਨਾ ਤੇ ਸਟਾਪ ਕਰਦੇ ਆਏ, ਵਾਵਾ ਮਜ਼ ਚਸ ਲੈਂਦੇ ਆਏ। ਅੱਛਾ, ਤੁਸੀਂ ਇਹ ਦੇਖਦੇ ਸੀ ਆਪਣਾ ਯੂਟਿਊਬ ਚੈਨਲ ਤੇ, ਇੱਥੇ ਆ ਕੇ ਤੁਹਾਨੂੰ ਨੂੰ ਫਸਟ ਐਕਸਪ੍ਰੈਸ਼ਨ ਜਦੋਂ ਦੇਖੇ ਕਿੱਦਾਂ ਲੱਗਾ? ਇੰਨਾ ਵਧੀਆ ਲੱਗਿਆ, ਇੰਨਾ ਵਧੀਆ ਲੱਗਿਆ ਨਾ, ਵੀਡੀਓ ਨਾਲੋਂ ਜ਼ਿਆਦਾ ਵਧੀਆ ਲੱਗਿਆ। ਸਾਨੂੰ ਆਪ ਨੂੰ ਤੇ ਨਹੀਂ ਲੱਗਦਾ, ਐਵੇਂ ਨਹੀਂ ਲੱਗਦਾ, ਸਾਨੂੰ ਲੱਗਦਾ ਜਿਹਦੀ ਚੀਜ਼ ਹੋਵੇ ਨਾ ਉਹਨੂੰ ਫਿਰ ਘੱਟ ਹੀ ਲੱਗਦਾ ਹੈ। ਅਸੀਂ ਵੀਡੀਓ ਬਣਾ ਕੇ ਇੰਨਾ ਜ਼ਬਰਦਸਤ ਲੱਗਿਆ, ਇੰਨਾ ਜ਼ਬਰਦਸਤ ਲੱਗਿਆ, ਦੇਖੋ ਮੈਂ ਕਿੰਨੀ ਦੂਰੋਂ ਆ ਗਈ ਆ। ਹਾਂਜੀ, ਇੱਕ ਤੁਹਾਡਾ ਪਿਆਰ ਮੁਹੱਬਤ ਵੀ ਇੰਨੀ ਸੀ, ਤੁਹਾਡਾ ਨਾਮ ਕੰਟੈਕਟ ਕੀਤਾ ਤੇ ਇਸ ਲਈ ਫੇ ਆਉਣਾ ਹੀ ਪਿਆ। ਠੀਕ ਠੀਕ ਠੀਕ। ਹਾਂਜੀ ਅਸਲਾਮ ਅਲੈਕੁਮ। ਹਾਂਜੀ ਸੁਣਾਓ ਜੀ, ਤੁਹਾਨੂੰ ਅਸੀਂ ਆਪਣੇ ਇੱਕ ਗਰੀਬ ਖਾਨਾ ਵਾਲਿਆਂ ਦੀ ਬੜੀ ਆਕੜ ਆਕੜ ਹੁੰਦੀ ਪੁੱਛਣਾ ਤੇ ਪੈਂਦਾ ਨਾ ਕਿੱਥੇ ਆ ਗਏ ਕਿਤੇ ਨੀ ਆਏ। ਤੇ ਹੋਰ ਸਫ਼ਰ ਕਿੱਦਾਂ ਰਿਹਾ ਤੁਹਾਡਾ? ਤੁਸੀਂ ਵੀ ਉੱਥੋਂ ਆਇਆ ਨਾ ਜਿੱਥੋਂ ਬਾਜੀ ਮੈਂ ਵੀ ਸੁਣਾ ਆਏ ਆ, ਦੋਸਤਾਂ ਹੋ ਤੁਸੀਂ ਹੈ ਨਾ? ਸਹੀ ਸਹੀ ਜੀ, ਉੱਥੇ ਪੱਕੇ ਘਰ ਆ ਸਾਰੇ? ਅੱਛਾ, ਮਗਰ ਅਸੀਂ ਥੋੜੇ ਥੋੜੇ ਕੱਚੀ ਲੁੱਕ ਦਿੱਤੀ ਹੋਈ, ਮੈਂ ਆਪਣੇ ਛੱਤ ਦੇ ਉੱਪਰ ਦਿੱਤੀ ਹੋਈ, ਫਿਲਹਾਲ ਤੇ ਰੈਂਟ ਤੇ ਰਹਿ ਰਹੇ ਆ, ਉਸੇ ਮਕਾਨ ਦੇ ਉੱਪਰ ਅਸੀਂ ਕੱਚਾ ਕਿਚਨ ਬਣਾਇਆ ਹੋਇਆ। ਕੱਚੇ ਘਰ ਜੋ ਹੈ ਸੰਭਾਲਣੇ ਬਹੁਤ ਮੁਸ਼ਕਿਲ ਹੁੰਦੇ ਹੈ। ਅੰਮੀ ਮੇਰੀ ਨੂੰ ਦੇਖ ਲਓ, ਮਹਿਮਾਨ ਆਏ ਹੋਏ ਆ, ਅੰਮੀ ਮੇਰੀ ਲਪਾਈਆਂ ਕਰਨ ਡਈ ਹੈ, ਵੇਖ ਲਓ ਤੁਸੀਂ। ਪਕਾ ਕੇ ਨਹੀਂ ਬਾਜੀ, ਕਹਿਣ ਡਏ ਅਸੀਂ ਲਪਾਈ ਵੀ ਕਰਵਾਣੀ ਹੈ ਨਾਲ ਥੋੜੀ ਥੋੜੀ। ਹਾਂਜੀ ਸਾਰਾ ਕੁਝ ਹੀ ਕਰਨਾ ਇਨਸ਼ਾ ਅੱਲਾਹ। ਅਸੀਂ ਪਿੱਛੇ ਪਹਿਲਾਂ ਪਿੰਡਾਂ ਦੇ ਰਹਿਣ ਵਾਲੇ ਸੀ, ਹੁਣ ਸ਼ਹਿਰਾਂ ਸ਼ਿਫਟ ਹੋ ਗਏ, ਸ਼ਾਦੀਆਂ ਕਰ ਲਈ। ਨਹੀਂ, ਮੈਂ ਤੇ ਅਜੇ ਵੀ ਪਿੰਡ ਦੀ ਆ, ਤੇ ਮੇਰੀ ਮਾਂ ਨੇ ਵੀ ਸਾਰੇ ਕੰਮ ਕੀਤੇ ਸੀ, ਮੈਂਵੇਂ ਦਾ ਘਰ ਸਾਡਾ ਵੀ ਹੁੰਦਾ ਸੀ ਪਿੰਡ ਦੇ। ਅੱਛਾ ਅੱਛਾ ਅੱਛਾ, ਸਾਥ ਆਏ ਔਰ ਆਪਣਾ ਖਾਣੇ ਕਾ ਮਟੀਰੀਅਲ ਵੀ ਸਾਥ ਹੀ ਲੇਕਰ ਆਏ। ਅਭੀ ਇਹ ਕਾਫੀ ਟਾਈਮ ਹੋ ਗਿਆ, ਤਕਰੀਬਨ ਆਧਾ ਘੰਟਾ ਘੰਟਾ ਹੋ ਗਿਆ ਹੈ ਨਾ? ਇੱਕ ਘੰਟਾ ਹੋ ਗਿਆ ਸਾਨੂੰ ਆਏ ਨੂੰ, ਤੇ ਇੰਨਾ ਮਜ਼ਾ ਆਣ ਡਿਆ ਸੀ ਕਿ ਦਿਲ ਹੀ ਨਹੀਂ ਸੀ ਕਰਨ ਡਿਆ ਵੀਡੀਓ ਬਣਾਉਣ ਨੂੰ, ਇਸਕੇ ਪਹਿਲੋ ਗੱਲਾਂ ਮਾਰ ਲਈਏ। ਹਾਂਜੀ ਹਾਂਜੀ, ਵੈਸੇ ਵੀ ਹਾਲੇ ਮੌਸਮ ਥੋੜਾ ਗਰਮ ਆ, ਸ਼ਾਮ ਨੂੰ ਬੜਾ ਮਜ਼ਾ ਆਣਾ ਮਹਿਸੂਸ ਨਹੀਂ। ਹਾਂ ਹਾਂ, ਸ਼ਾਮ ਹਵਾ ਚਲਾਣ ਡਿਆ ਨਾ ਤਾਂ ਕਰਕੇ। ਹਾਂਜੀ ਹਾਂਜੀ, ਡਰੋਨ ਕੈਮਰਾ ਉੜਾ ਦਿਆ ਹੈ, ਹੁਜ਼ੈਫਾ ਡਰ ਕਰ ਅੰਦਰ ਭਾਗ ਗਿਆ ਹੈ। ਹੁਜ਼ੈਫਾ ਕਿਧਰ ਗਿਆ? ਵੀਰ ਹਮ ਯਹਾਂ ਪੇ ਬੈਠ ਕੇ ਅਬ ਸ਼ਾਮ ਕੀ ਰੂਟੀਨ ਬਣਾਨੇ ਲਗੇ ਹੈ, ਔਰ ਸ਼ਾਮ ਮੇ ਹਮ ਪਕਾਏਂਗੇ ਭਿੰਡੀਆਂ। ਹਾਂਜੀ ਜੀ, ਮਾਸ਼ਾਅੱਲਾ ਜੀ, ਅਸੀਂ ਆਏ ਹੈਗੇ ਨੂਰਦੀਨ ਕਰੀਮ ਵਾਲਾ ਦੇ, ਮਾਸ਼ਾਅੱਲਾ ਬਹੁਤ ਜ਼ਿਆਦਾ ਮਜ਼ਾ ਆਇਆ। ਤੇ ਹਾਂਜੀ, ਤੋ ਵੀਰ ਅਭੀ ਅੰਮੀ ਜੋ ਹੈ ਜੋ ਗਏ ਹੋਏ ਮੇਰੀ ਫੁੱਫੋ ਕੀ ਤਬੀਅਤ ਠੀਕ ਨਹੀਂ, ਉਨਕਾ ਪਤਾ ਕਰਨੇ ਕੇ ਲੀਏ, ਔਰ ਯੇ ਯੂਟਿਊਬਰ ਆਏ ਹੈ, ਇਨਕੋ ਹਮਨੇ ਲਗਾ ਦਿਆ ਕਾਮ ਪੇ।
ਬੁਸ਼ਰਾ ਸੁਣਾਏ ਵੀ ਬੁਸ਼ਰਾ ਕੀ ਹਾਲ ਹੈ? ਅਮੀਰ ਲੋਕ ਆਟਾ ਹੀ ਨਹੀਂ ਗੁੰਨਿਆ ਕਦੇ। ਤੁਸੀਂ ਆਟਾ ਨਹੀਂ ਗੁੰਨਿਆ ਕਦੇ? ਨਹੀਂ ਮੈਂ ਗੁੰਨੀ, ਬਸ 4-5 ਲੋਕ ਆ। ਅੱਛਾ, ਮਤਲਬ ਥੋੜਾ ਥੋੜਾ ਕਰਕੇ ਗੁੰਨਦੇ ਹੋ? ਇੱਕ ਵਾਰੀ ਮੈਨੂੰ ਗਿਣਤੀ ਕਰ ਲੈਂਦੇ 1-2-3-4-5-6-7-8-9-10-11-12-13-14-15 ਲੋਕਾਂ ਦਾ ਆਟਾ ਗੁੰਨਣਾ। ਹਿਸਾਬ ਲਾਇਆ ਜੇ 15 ਬੰਦੇ 3-3 ਅਮੀ 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 ਸਹੀ ਫਿਲਮ ਪਾ ਗਏ ਨਾ ਤੁਹਾਨੂੰ 15 ਬੰਦੇ ਨਿਕਲ ਗਿਆ ਅਮੀ। ਓਏ ਦੱਸੋ ਮੈਨੂੰ ਵੀਰ ਜੀ, 15 ਬੰਦੇ 3-3 ਰੋਟੀਆਂ ਵੀ ਖਾਣ ਤੇ ਕਿੱਥੇ ਗੱਲ ਜਾਣੀ? ਹਾਂ ਤੋ ਬੁਸ਼ਰਾ ਯਹਾਂ ਪੇ ਆਟਾ ਅਸੀਂ ਬਾਈ 6 ਰੋਟੀਆਂ, ਇਹ ਬੰਦਾ 6 ਰੋਟੀਆਂ ਖਾਂਦਾ ਹੈ। ਓਏ ਇਹਦਾ ਤਾਂ ਸਾਬ ਓਏ ਮੂੰਹ ਚੂਈ ਤੇ ਟਿੱਡ ਖੂਈ ਖਲਾ ਦੇ ਮੀਆਂ। ਵੈਸੇ ਪੁੱਛ ਰਿਹਾ, ਜਿੰਨਾ ਇੰਜੋਏ ਹੁੰਦਾ ਨਾ ਗਾਉਂ ਦੇ ਵਿੱਚ, ਉਹਨਾਂ ਥੋੜਾ ਜਿਹਾ ਨਾ ਮੁਸ਼ਕਿਲ ਵੀ ਹੁੰਦਾ, ਟਫ ਵੀ ਹੁੰਦਾ ਕੰਮ ਕਰਨੇ। ਬੇਸਿਕਲੀ ਅਸੀਂ ਵੀ ਗਾਉਂਦੇ ਹਾਂ, ਅਸੀਂ ਕਿਹੜਾ ਪੈਦਾਇਸ਼ੀ ਸ਼ਹਿਰੀ ਆ। ਹਾਂ ਹਾਂ, ਕੋਈ 10-12 ਸਾਲ ਤੋਂ ਰਹਿ ਰਹੇ ਆ, ਜੰਮੇ ਪਲੇ ਪਿੰਡਾਂ ਦੇ ਵਿੱਚ ਹੀ ਆ। ਅਮੀਆਂ ਨੇ ਸਾਰਾ ਕੁਝ ਕੀਤਾ, ਘਰ ਦੇ ਆਏ ਵੇਖਦੇ ਵੀ ਆਏ ਆ। ਅੱਛਾ ਅੱਛਾ, ਪੌੜਾਂ ਚੁਗੀਆਂ ਨੇ, ਗੰਦਨ ਦੀ ਕਟਾਈ ਕੀਤੀ ਹੈ, ਸਰੋਂ ਵੱਢੀ ਹੈ, ਸਾਰੇ ਕੰਮ ਕੀਤੇ ਨੇ। ਹੁਣ ਜ਼ਰਾ ਸ਼ਹਿਰਾਂ ਜਾ ਕੇ ਸੋਲ ਹੋ ਗਏ। ਅਭੀ ਬੁਸ਼ਰਾ ਜੋ ਹੈ ਵੋ ਆਟਾ ਗੂੰਦ ਰਹੀ ਹੈ, ਔਰ ਉਧਰ ਮਹਿਵੇਸ਼ ਭਾਓ ਜੀ ਕੋ ਕਾਮ ਲਗਾਇਆ ਹੁਆ ਹਮਨੇ, ਵੋ ਬਣਾ ਰਹੀ ਹੈ ਸਬਜ਼ੀ। ਤੋ ਅਮੀ ਨੇ ਆਜ ਠੀਕ ਕਾਮ ਪੇ ਲਗਾਇਆ ਹੈ, ਸੁਣਾਏ ਬਈ। ਹਾਂਜੀ ਸਹੀ ਕੰਮ ਕਰ। ਕਿਦਾਂ ਲੱਗ ਰਿਹਾ ਲੋਕਾਂ ਦੇ ਘਰ ਜਾ ਕੇ ਕੰਮ ਕਰਨ ਦਾ? ਲੈ ਤੁਸੀਂ ਲੋਕੀ ਤਾਂ। ਹਾਂ ਇਹੀ ਗੱਲ ਮੈਂ ਸੁਣਨੀ ਸੀ, ਲੈ ਗੱਲ ਤੇ ਹੋਈ ਨਾ, ਇੱਧਰ ਦੇਖੋ, ਇੱਧਰ ਦੇਖੋ, ਤੁਹਾਡੀ ਵੀਡੀਓ ਬਣਾ ਰਿਹਾ ਹੈ। ਸਹੀ ਹੋ ਗਿਆ। ਤੋ ਵੀ ਵਾਰ ਯਹਾਂ ਪੇ ਸਬਜ਼ੀ ਕੱਟੀ ਜਾ ਰਹੀ ਹੈ, ਵਹਾਂ ਪੇ ਜੋ ਹੈ ਵੋ ਰੋਟੀਆਂ ਬਣ ਰਹੀ ਹੈ, ਰੋਟੀਆਂ ਨਹੀਂ ਆਟਾ ਗੁੰਦਾ ਜਾ ਰਿਹਾ ਹੈ। ਕਿੰਨੀ ਦੇਰ ਆ? ਮੈਨੂੰ ਲੱਗਦਾ ਤੁਸੀਂ ਭੁੱਖੇ ਮਾਰੋਗੇ ਆਏ ਸਾਨੂੰ। ਨਹੀਂ ਨਹੀਂ, ਬਸ ਥੋੜੀ ਦੇਰ ਪਿਆਸ ਬਣ ਜਾਣਗੇ ਤੇ ਬਣ ਗਏ, ਟਮਾਟਰ ਤੇ ਲਾਸਟ 'ਚ ਬਾਏ ਪਾਈ ਦੇ। ਅੱਛਾ ਤੇ ਫਿਰ ਛੇਤੀ ਕਰੋ ਨਾ, ਕਿੰਨਾ ਟਾਈਮ ਹੋਰ ਲੱਗ ਜਾਣਾ? ਅੱਜ ਸ਼ਾਮ ਤੱਕ ਰੋਟੀ ਮਿਲ ਜਾਣੀ ਸਾਨੂੰ? ਨਹੀਂ ਕੱਲ ਸ਼ਾਮ ਤੱਕ। ਭੁੱਖੇ ਮਾਰ ਕੇ ਫਿਰਦੇ ਸੀ, ਅੱਜ ਹੀ ਲੱਭੇਗੀ। ਅੱਜ ਤੇ ਫਿਰ ਭੁੱਖੇ ਮਾਰ ਗਿਆ ਸੀ। ਹਾਂ ਉਹਨਾਂ ਕੋ ਭੁੱਖ ਲੱਗੀ ਹੋਈ ਜ਼ਿਆਦਾ। ਹਾਂ ਬਈ ਅੱਜ ਮਿਲ ਜਾਣੀ ਹੈ ਸਾਨੂੰ ਰੋਟੀ। ਅੱਛਾ ਚਲੋ ਦੇਖਦੇ ਹਾਂ ਫਿਰ। ਤੁਹਾਨੂੰ ਵੀ ਲੱਗਦਾ ਭੁੱਖ ਲੱਗੀ ਹੋਈ ਹੈ ਕਿਵੇਂ ਸ਼ਹਿਜ਼ਾਦ ਭਾਈ? ਲੱਗੀ ਹੋਈ ਹੈ ਨਾ, ਸੁਣਾਓ ਭੁੱਖ ਲੱਗੀ ਹੈ? ਫਿਰ ਇਹਨਾਂ ਨੂੰ ਆਖੋ ਨਾ ਛੇਤੀ ਕਰਨ, ਬਸ ਛੇਤੀ ਕਰੋ। ਹਾਂ तो देखते हैं जी भी कब तक रोटी बनती है, वो भी आप लोगों के साथ शेयर करेंगे। जल्दी से हमारे चैनल को सब्सक्राइब कर दे, लाइक कर दे, कमेंट कर दे, शेयर कर दे। बस हम पानी पिलाऊं यार। ओके आगे एक डुगा के मेरे, चलो मैं को तो पिला। हां जी बढ़िया, सब्जियां सब्जियां कटियां जा रही हैं। छुरी बहुत बड़ी है। हां जी व्यूअर ये देखें, बाजी ने इतनी मिर्चें टमाटर सारा ही में बड़ा दी तेरे जीवे गुतावा होए, असा दे में माल को सटे ने होने हैं। ਤੇ ਜਿੰਨੀ ਤੁਸੀਂ ਰੋਟੀ ਬਣਾ ਰਹੇ ਹੋ ਇਹ ਤੇ ਆਪਾਂ ਜਾਂਜ ਨੂੰ ਖਵਾਣੀ ਹੈ ਜਾਂ ਘਰ ਵਾਲੇ ਨੂੰ ਖਵਾਣੀ ਹੈ? ਮਾਸ਼ਾਅੱਲਾ ਮਾਸ਼ਾਅੱਲਾ। ਕਈ ਵਾਰ ਯਹਾਂ ਪੇ ਖਾਣਾ ਵਗੈਰਾ ਬਣ ਰਹਾ ਹੈ ਤੋ ਜਲਦੀ ਸੇ ਖਾਣਾ ਬਣਤਾ ਹੈ ਕਿਉਂਕਿ ਟਾਈਮ ਕਾਫੀ ਹੋ ਚੁੱਕਾ ਹੈ, ਸੂਰਜ ਗਰੂਬ ਹੋ ਚੁੱਕਾ ਹੈ, ਲੇਕਿਨ ਹਾਲੇ ਤੱਕ ਖਾਣਾ ਨਹੀਂ ਬਣਾ, ਤਨੂਰ ਇੱਧਰ ਜਲਾ ਹੁਆ ਹੈ, ਸਬਜ਼ੀ ਯਹਾਂ ਪੇ ਬਣ ਰਹੀ ਹੈ। ਚਲੋ ਜੀ ਲੌਂਗ ਸੀ ਸ਼ੋਰਟ ਹੋ ਗਿਆ। ਹਾਂਜੀ ਸ਼ਾਟ ਲਗਾ ਰਹੇ ਸੀ। ਅਸੀਂ ਤੁਹਾਡੇ ਮੂੰਹ ਨੂੰ ਦੇਖੀ ਜਾ ਰਹੇ, ਤੁਸੀਂ ਰੋਟੀ ਲੈ ਕੇ ਆ ਕੇ ਆਪ ਹੀ ਖਾਣ ਲੱਗ ਪਏ ਹੋ। ਆਪਣੀ ਮਦਦ ਆਪ ਜਾਓ ਉੱਥੇ ਪੱਕਣ ਲਈਆਂ ਲੈ। ਹਿਸਾਬ ਲਾ ਕੇ ਦੇ ਬਈ ਥਾਂ ਤੇ ਪਤਾ ਲੱਗ ਗਿਆ ਨਾ ਇਹਨੂੰ ਭੁੱਖ ਲੱਗੀ ਆਪ ਖਾਵੇ। ਵੈਸੇ ਕਿਤਨਾ ਰੋਟੀਆਂ ਚਾ ਆਈਆਂ ਵੀ ਮੈਂ ਵਿਸ਼ ਇੱਕ ਬਾਕੀ ਤੁਹਾਡੇ ਨਾਲ ਵੀ ਖਾਵਾਂ। ਇਹ ਵੈਸੇ ਚੱਕੇ ਆਏ ਵੀ ਨਾ ਇਹ ਤਾਂ ਟੇਸਟ ਕੀਤਾ। ਅੱਛਾ ਤਾਂ ਯਾਰ
आज का यही चटपटा व्लॉग जो है यही पे खत्म करते हैं, मिलते हैं नेक्स्ट व्लॉग में, सुबह को देखते हैं क्या प्लान करते हैं, कैसी वीडियो शूट करते हैं, तो हमारे साथ रहिएगा। इंशाल्लाह कल का व्लॉग बड़ा ही जबरदस्त होने वाला है, ऐसे ना? हाँ जी, कितना काम शाम किया, थके थे नहीं? अच्छा तुसी सुनाओ, थके थे नहीं? ना मासा भी नहीं। और रोटी लाई है? हाँ खानी है तेरे नाल। तुसी ते नहीं थके? नहीं कैमरामैन थक जांदा हुंदा वैसे। सब तो बहुत ही गाला मेरे नु पेंदी है एवें ना। बेइज्जती भी कैमरामैन दे हुंदे, ओखा भी होई हुंदा एवें नहीं हुंदी। कैमरामैन फिर भी नहीं थकदा। अच्छा कैमरामैन फिर तुरा रहंदा ठीक ठाक।